उसकी तरफ सोते थे। देखो बहुत ही शर्मदायक घटना है कि साधु सिंह धर्मसोत जिहड़े पंजाब दा कैबिनेट मंत्री है उहदे वल्लों मुख्यमंत्री की तुलना जिहड़ी है गुरु नानक साहब वर्गी महान शख्सियत दे नाल कीती जा रही। असीं मानते हैं कि जिहड़े करप्शन दे वड्डे पाप सी साधु सिंह धर्मसोत दे ਉਹ ਮੁੱਖ ਮੰਤਰੀ ਨੇ ਧੋਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਖੁਸ਼ਾਮਦੀ ਕਰਦੇ ਕਰਦੇ ਇਸ ਹੱਦ ਤੱਕ ਪਹੁੰਚੋ ਕਿ ਗੁਰੂ ਨਾਨਕ ਸਾਹਿਬ ਵਰਗੀ ਮਹਾਨ ਸ਼ਖਸੀਅਤ ਜਿਹਨੂੰ ਸਾਰੀ ਦੁਨੀਆ ਦੇ ਵਿੱਚ ਜਿਹੜੇ ਨਾਨਕ ਨਾਮ ਨੇ ਵਰਨਾ ਤਮਸਤਕ ਨੇ ਉਹਨਾਂ ਦਾ ਮੁਕਾਬਲਾ ਜਿਹੜਾ ਤੁਸੀਂ ਇੱਕ ਮੁੱਖ ਮੰਤਰੀ ਨਾਲ ਕਰਨਾ ਸ਼ੁਰੂ ਕਰ। ਔਰ ਇਸ ਗੱਲ ਦੀ ਵੀ ਹੈਰਾਨਗੀ ਹੈ ਕਿ ਮੁੱਖ ਮੰਤਰੀ ਸਾਹਿਬ ਆਪ ਉੱਥੇ ਹਾਜ਼ਰ ਸੀ, ਕੈਬਨਿਟ ਦੇ ਵਜ਼ੀਰ ਹਾਜ਼ਰ ਸੀ ਔਰ ਸਾਰੇ ਖੁਸ਼ਾਮਦੀ ਸੁਣਦੇ ਰਹੇ। ਕਿਸੇ ਨੇ ਉੱਠ ਕੇ ਟੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਗੁਰੂ ਸਾਹਿਬਾਨ ਦਾ ਅਪਮਾਨ ਹੈ। ਇਸ ਲਈ ਇੱਕ ਤਾਂ ਇਹ ਘਟਨਾ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ 'ਚ ਹੋਈ, ਉਹਨਾਂ ਨੂੰ ਟੋਕਣਾ ਚਾਹੀਦਾ ਸੀ। ਔਰ ਹੁਣ ਵੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਇਹੋ ਜਿਹੇ ਮੰਤਰੀ ਨੂੰ ਕੈਬਨਿਟ 'ਚੋਂ ਹਟਾਇਆ ਜਾਵੇ ਔਰ ਇਹਦੇ ਖਿਲਾਫ਼ ਭਾਵਨਾਵਾਂ ਹਰਟ ਕਰਨ ਦਾ ਕੇਸ ਦਰਜ ਕੀਤਾ ਜਾਵੇ ਤਾਂ ਜਾ ਕੇ ਸੰਗਤਾਂ ਦੀਆਂ ਜਿਹੜੀਆਂ ਭਾਵਨਾ ਉਹਨੂੰ ਸਕੂਨ ਜਿਹੜਾ ਉਹ ਮਿਲ ਸਕਦਾ ਹੈ। ਮੈਂ ਇਸ ਘਟਨਾ ਦੀ ਨਿਖੇਧੀ ਕਰਦਾ।